ਕਿਡਨੀਆਂ ਦੀ ਪ੍ਰੋਬਲਮ ਹੋਈ ਆ ਤੇ ਮੇਰਾ ਬੀਪੀ ਦੀ ਵਜ੍ਹਾ ਨਾਲ ਤੇ ਸ਼ੂਗਰ ਲੋ ਦੀ ਵਜ੍ਹਾ ਦੇ ਨਾਲ ਬੀਪੀ ਕਿਡਨੀਆਂ ਤੇ ਇਫੈਕਟ ਪੈ ਗਿਆ ਤੇ ਉਦੋਂ ਦੀ ਮੈਂ ਬਿਮਾਰੀ ਆ ਡਾਇਲਿਸਿਸ ਤੇ ਆ ਮੈਂ ਕੋਈ ਚੰਗਾ ਮੁੰਡਾ ਲੱਭੇਗਾ ਵਿਆਹ ਕਰੂੰਗੀ ਰੀਜਾਂ ਦੇ ਨਾਲ ਮੇਰੀ ਕੁੜੀ ਵੀ ਚੂੜਾ ਪਾਇਆ ਹੋਊਗਾ ਮੈਂ ਆ ਕਰੂੰਗੀ ਰੱਬੜੇ ਕਰੇ ਕੱਲੂਗੀ ਪਰ ਪਤਾ ਨਹੀਂ ਕਿ ਮੈਨੂੰ ਆਪਣੀ ਬੱਚੀ ਨੂੰ ਇਤਨਾ ਲੈ ਕੇ ਹਸਪਤਾਲਾਂ ਦੇ ਵਿੱਚ ਤੱਕ ਕਿ ਹੜੇ ਪੈ ਗਏ ਡਾਕਟਰਾਂ ਵੱਲੋਂ ਕੀ ਕਿ ਆ ਗਿਆ ਵਾ ਟੜਾ ਜਿਹੜਾ ਇਲਾਜ ਆ ਸੰਭਵ ਹੈਗਾ ਵਾ ਜਾਂ ਕਿ ਨਹੀਂ ਕਿੰਨਾ ਕ ਹੁਣ ਤੱਕ ਫੈਸਲਾ ਚੁੱਕੇ ਨੇ 4-5 ਲੱਖ ਤੇ ਮੰਮੀ ਨੇ ਲਾ ਦਿੱਤੇ ਹੋਏ ਆ ਤੇ ਬਾਕੀ ਡੈਲਿਸਿਸ ਦਾ ਹੋਣ ਵਾਲਾ ਲੱਗ ਖਰਚਾ ਕਿਉਂਕਿ ਹਰ ਹਫ਼ਤੇ ਪੈਸੇ ਕੱਢਣੇ ਪੈਂਦੇ ਕਿਤੋਂ ਨਾ ਕਿਤੋਂ ਉਹਦਾ ਕੋਈ ਗਿਣਤੀ ਨਹੀਂ ਕਿੰਨੇ ਪੈਸੇ ਲੱਗੇ ਕਿੰਨੇ ਨਹੀਂ ਕਮਾਉਣ ਵਾਸਤੇ ਵਿਦੇਸ਼ਾਂ ਵਿੱਚ ਗਈ ਸੀ ਘਰ ਦਾ ਸੁਪਨਾ ਲੈ ਕੇ ਗਈ ਸੀ ਵੀ ਘਰ-ਬਾਰ ਬਣੂਗਾ ਬਹੁਤ ਸੁਪਨੇ ਲਏ ਸੀ ਕਿ ਲੱਗਦਾ ਸਾਰੇ ਸੁਪਨੇ ਜਿਹੜੇ ਅੱਜ ਖਤਮ ਹੋ ਗਏ ਨੇ ਹਾਂਜੀ ਲੱਗਦਾ ਵੀ ਆ ਇੱਕ ਬੰਨੇ ਰੱਬ ਤੇ ਵਿਸ਼ਵਾਸ ਵੀ ਆ ਕਿ ਕੋਈ ਨਾ ਕੋਈ ਤੇ ਆਊਗਾ ਸਾਡੀ ਮਦਦ ਲਈ ਆ ਮੈਂ ਠੀਕ ਹੋ ਸਕਦੀ ਆ ਉਮੀਦ ਇੰਨੀ ਕ ਹੈਗੀ ਆ ਕਿ ਮੈਂ ਠੀਕ ਹੋ ਸਕਦੀ ਆ ਜੇ ਕੋਈ ਮੇਰੇ ਸਾਡੀ ਮਦਦ ਕਰੇਗਾ ਤੇ ਜੇ ਹੁਣ ਤੇ ਕੋਈ ਸਾਡਾ ਫੋਨ ਵੀ ਨਹੀਂ ਚੁੱਕਦਾ ਉਹਨਾਂ ਨੂੰ ਇਹ ਕਿ ਇਹਨਾਂ ਨੇ ਪੈਸੇ ਹੀ ਮੰਗਨੇ ਆ ਇਸ ਕਰਕੇ ਸਾਡਾ ਕੋਈ ਰਿਸ਼ਤੇਦਾਰ ਹੈ ਹੀ ਨਹੀਂ ਸਮਝੋ ਕੋਈ ਨਹੀਂ ਆਂਦਾ ਡਾਕਟਰਾਂ ਬੋਲੇ ਕੀ ਕਿਹਾ ਇਲਾਜ ਹੋ ਸਕਦਾ ਵਾ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਕਿ ਜਾਂ ਤਾਂ ਤੇ ਤੁਹਾਨੂੰ ਲਗਾਤਾਰ ਡਾਇਲਿਸਿਸ ਕਰਾਣੀ ਪਵੇਗੀ ਤੇ ਜਾਂ ਤਾਂ ਤੇ ਫਿਰ ਤੁਸੀਂ ਟ੍ਰਾਂਸਪਲੈਂਟ ਕਰਾ ਲਓ ਤੇ ਟ੍ਰਾਂਸਪਲੈਂਟ ਕਰਾ ਕੇ ਤੇ ਠੀਕ ਹੋ ਸਕਦੇ ਹੋ ਇਹੀ ਕਿਹਾ ਡਾਕਟਰਾਂ ਨੇ ਨਹੀਂ ਦੁਬਾਰਾ ਮੈਂ ਠੀਕ ਹੋਣਾ ਚਾਹੁੰਨੀ ਆ ਜੇ ਕੋਈ ਮੇਰੇ ਭੈਣ ਭਰਾ ਕੋਈ ਮੇਰੀ ਮਦਦ ਕਰੂਗਾ ਮੈਂ ਠੀਕ ਹੋ ਜੂਗੀ ਮੈਂ ਉਹਨਾਂ ਨੂੰ ਦਵਾਵਾਂ ਹੀ ਦਊਂਗੀ ਮੇਰੀ ਮੰਮੀ ਵੀ ਉਹਨਾਂ ਨੂੰ ਦਵਾਵਾਂ ਹੀ ਦਊਗੀ ਬੱਚੀ ਮੈਨੂੰ ਪਹਿਲੇ ਵਾਂਗੂ ਭੁੱਲਾ ਮਰ ਗਈ ਮੈਨੂੰ ਜਵੇ ਮੈਂ ਕਹਿਨੀ ਹੈ ਕਿ ਕਿ ਤੂੰ ਮੈਨੂੰ ਆਪਣਾ ਦੀ ਬੱਚੀ ਮੈਨੂੰ ਦਿੱਸੇ ਮੇਰੀ ਸਾਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਅਮਰਸਰ ਦੇ ਪਿੰਡ ਬੱਲੇ ਦੀਆਂ ਜਿੱਥੋਂ ਦੀ ਇੱਕ ਲੜਕੀ ਜਿਹੜੀ ਕਿ ਸਰਵਣ ਪੁੱਤ ਬਣ ਕੇ ਵਿਦੇਸ਼ਾਂ ਵਿੱਚ ਕੰਮ ਕਰਨ ਗਈ ਸੀ ਪਰ ਮਾੜੇ ਹਾਲਾਤ ਹੋਣ ਕਰਕੇ ਮਾੜੀਆਂ ਕਿਸਮਤ ਕਰਕੇ ਜਿਹੜੀ ਉਹਨੂੰ ਇੱਕ ਜਿਹੜੀ ਕਿ ਬਿਮਾਰੀ ਲੱਗ ਜਾਂਦੀ ਆ ਜਿਸ ਵਿੱਚ ਉਸਦੇ ਜਿਹੜੀ ਕਿ ਦੋਵੇਂ ਕਿਡਨੀਆਂ ਜਿਹੜੀਆਂ ਖਰਾਬ ਹੋ ਗਈਆਂ ਆ ਇਹੀ ਗੱਲ ਕਰ ਰਹੀ ਐ ਅਮਰਸਾਦ ਦੇ ਰਹਿਣ ਵਾਲੀ ਹਰਪ੍ਰੀਤ ਕੋਹ ਪਰੀ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਕਿ ਪਰੀ ਦੀਆਂ ਤਸਵੀਰਾਂ ਵਾਂ ਕਿਸ ਤਰ੍ਹਾਂ ਜਿਹੜੀ ਐ ਬਹੁਤ ਸੋਹਣੀ ਸੀ ਕਿਸੇ ਵਕਤ ਬੜਾ ਹੁਸਨ ਸੀ ਪਰ ਇਸ ਭਿਆਨਕ ਬਿਮਾਰੀ ਕਰਕੇ ਜਿਹੜਾ ਉਹਦਾ ਜਿਹੜਾ ਸਾਰਾ ਰੰਗ ਰੂਪ ਜਿਹੜਾ ਉਹ ਖਾ ਗਈ ਆ ਕੱਲ ਬਾਅਦ ਕਰਾਂਗੇ ਹਰਪ੍ਰੀਤ ਕੋਰ ਦੇ ਨਾਲ ਹਰਪ੍ਰੀਤ ਕੋਰ ਕਿੱਥੇ ਗਈ ਸੀ ਤੁਸੀਂ ਦੱਸ ਕੇ ਦੱਸ ਦਿਓ ਤੇ ਹੋਇਆ ਕੀ ਸੀ ਤੁਹਾਡੇ ਨਾਲ ਹਾਂਜੀ ਮੈਂ ਦੁਬਈ ਗਈ ਸੀ ਕਿ ਕੰਮ ਕਰਨ ਵਾਸਤੇ ਤੇ ਉੱਥੇ ਹੀ ਮੈਨੂੰ ਕਿੰਨੀਆ ਦੀ ਪ੍ਰੋਬਲਮ ਹੋਈ ਆ ਤੇ ਮੇਰੇ ਬੀਪੀ ਦੀ ਵਜ੍ਹਾ ਨਾਲ ਤੇ 슈ਗਰ ਲੋ ਦੀ ਵਜ੍ਹਾ ਦੇ ਨਾਲ ਬੀਪੀ ਕਿੰਨੀ ਐ ਇਫੈਕਟ ਪੈ ਗਿਆ ਤੇ ਉਦੋਂ ਦੀ ਮੈਂ ਬਿਮਾਰੀ ਆ ਡੈਲਿਸਿਸ ਤੇ ਆ ਮੈਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਜਿਹੜੀ ਭਿਆਨਕ ਬਿਮਾਰੀ ਲੱਗੀ ਹੈ ਜਿਹਦੇ ਦਾ ਤੁਹਾਡੀ ਇਹ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡੀ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਮੈਨੂੰ 5 ਸਾਲ ਤੇ ਹੋ ਚੁੱਕਿਆ ਇਸ ਬਿਮਾਰੀ ਦੇ ਨਾਲ ਪਰ 3 ਸਾਲ ਤੋਂ ਮੈਂ ਲਗਾਤਾਰ ਡੈਲਿਸਿਸ ਤੇ ਹੀ ਆ ਪਹਿਲਾਂ ਮੈਂ 2-3 ਵਾਰ ਡਾਕਖਲ ਹੋਈ ਆ ਹਸਪੀਟਲ ਤੇ ਉਹ ਮੈਨੂੰ ਦਾਖਲ ਰੱਖਦੇ ਹੀ ਖਰਚਾ ਕਰਵਾਉਂਦੇ ਹੀ ਫੇਰ ਮੈਨੂੰ ਭੇਜ ਦਿੰਦੇ ਹੀ ਮੈਂ ਫੇਰ ਮੇਰਾ ਉਹੀ ਹਾਲ ਹੋ ਜਾਂਦਾ ਹੁੰਦਾ ਸੀ ਤੇ ਹੁਣ 3 ਸਾਲ ਹੋ ਗਏ ਡਾਲੇ ਸਿਸਤੇ ਹੀ ਆ ਮੈਂ ਤੇ ਹਫਤੇ ਚ ਤਿੰਨ ਵਾਰੀ ਡਾਲ ਸਿਸੁੰਦੀ ਮਤਲਬ ਤੀਸਰੇ ਦਿਨ ਡਾਲੇ ਸਿਸੁੰਦੀ ਮੇਰੀ ਇੱਕ ਹਾਂਜੀ ਮੈਨੇ ਸੁਪੀ ਹੁਣ ਤੱਕ ਕਿੰਨੇ ਕ ਪੈਸੇ ਲੱਗ ਚੁੱਕੇ ਨੇ ਤੇ ਡਾਕਟਰਾਂ ਵਨੋਂ ਕੀ ਕਿਹਾ ਗਿਆ ਵਾ ਤੁਹਾਡਾ ਜਿਹੜਾ ਇਲਾਜ ਆ ਸੰਭਵ ਹੈਗਾ ਵਾ ਜਾਂ ਕਿ ਨਹੀਂ ਕਿੰਨਾ ਕ ਹੁਣ ਤੱਕ ਪੈਸੇ ਲੱਗ ਚੁੱਕੇ ਨੇ 4-5 ਲੱਖ ਤੇ ਮੰਮੀ ਨੇ ਲਾ ਦਿੱਤੇ ਹੋਏ ਆ ਤੇ ਬਾਕੀ ਡਾਇਲਿਸਿਸ ਦਾ ਹੋਣ ਵਾਲਾ ਲੱਗ ਖਰਚਾ ਕਿਉਂਕਿ ਹਰ ਹਫਤੇ ਪੈਸੇ ਕੱਢਣੇ ਪੈਂਦੇ ਕਿਤੋਂ ਨਾ ਕਿਤੋਂ ਉਹਦਾ ਕੋਈ ਗਿਨਤੀ ਨਹੀਂ ਕਿੰਨੇ ਪੈਸੇ ਲੱਗੇ ਕਿੰਨੇ ਨਹੀਂ ਗੱਲ ਕਰੀ ਹਰਪ੍ਰੀਤ ਪਰੀ ਕਿਹਾ ਜਾਂਦਾ ਤੁਹਾਡਾ ਛੋਟਾ ਨਾ ਪਰੀ ਆ ਅਸੀਂ ਤੁਹਾਡੀ ਤਸਵੀਰਾਂ ਇਕਲੀ ਜਰੂਰ ਦਸ਼ਕਾਂ ਜੂ ਸਾਂਝੀ ਕਰਾਂਗੇ ਤੁਹਾਡੀਆਂ ਫੋਟੋਆਂ ਵਾਕਿਆ ਤੁਸੀਂ ਪਰੀਆਂ ਵਰਗੇ ਸੀ ਇਹਦਾ ਪਰਮਾਤਮਾ ਨੇ ਹੁਸਨ ਦਿੱਤਾ ਸੀ ਪਰ ਅੱਜ ਹਾਲਾਤ ਕੀ ਬਣ ਗਏ ਨੇ ਪਰੀ ਦੇ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਇਹ ਪਰੀ ਦੀਆਂ ਤਸਵੀਰਾਂ ਨੇ ਹਰਪ੍ਰੀਤ ਕੋਰ ਪਰੀ ਕਿਹਾ ਜਾਂਦਾ ਇਸ ਨੂੰ ਅਤੇ ਇਹ ਤਸਵੀਰਾਂ ਚ ਵੇਖਦੇ ਹੋ ਕਿਤਨਾ ਹੁਸਨ ਸੀ ਕਿੰਨੇ ਕਿਸੇ ਟਾਈਮ ਜਿਹੜਾ ਪਰਮਾਤਮਾ ਨੇ ਜਿਹੜਾ ਹੁਸਨ ਦਿੱਤਾ ਸੀ ਪਰ ਅੱਜ ਭਿਆਨਕ ਬਿਮਾਰੀ ਹੋਣ ਕਰਕੇ ਜਿਹੜਾ ਕਿ ਡਾਇਲਿਸ ਗੁਰਦੇ ਜਿਹੜੀ ਖਰਾਬ ਹੋ ਗਈਆਂ ਕਿਡਨੀਆਂ ਅਤੇ ਡਾਇਲਿਸ ਹੋਣ ਕਰਕੇ ਜਿਹੜਾ ਸਾਰਾ ਰੰਗ ਰੂਪ ਸੀ ਜਿਹੜਾ ਖਤਮ ਹੋ ਗਿਆ ਬੜੀ ਦੁੱਖ ਕਿਨਾਂ ਲੱਗਦਾ ਵਾ ਕਿਸੇ ਟਾਈਮ ਬੜਾ ਪਰਮਾਤਮਾ ਨੇ ਹੁਸਨ ਦਿੱਤਾ ਸੀ ਅੱਜ ਸਭ ਕੁਝ ਖਤਮ ਹੋ ਗਿਆ ਜਦੋਂ ਪੁਰਾਣੀਆਂ ਫੋਟੋਆਂ ਵੇਖਦੇ ਹੋ ਕੀ ਮਨ ਤੇ ਬੀਦੀ ਹੈ ਦੁੱਖ ਤੇ ਬੋਧ ਲੱਗਦਾ ਹੁਣ ਤੇ ਮੈਂ ਪੁਰਾਣੀਆਂ ਫੋਟੋਆਂ ਦੇਖਦੀ ਵੀ ਨਹੀਂ ਆ ਕਿਉਂਕਿ ਮੈਨੂੰ ਦੇਖ ਕੇ ਹੀ ਮਨ ਭਰ ਜਾਂਦਾ ਵਾ ਤੇ ਮੈਨੂੰ ਪੁਰਾਣੇ ਦਿਨ ਚੇਤਾ ਆਉਂਦੇ ਇਸ ਕਰਕੇ ਮੈਂ ਹੁਣ ਵੇਖਦੀ ਨਹੀਂ ਆ ਬਹੁਤ ਤੋਂ ਵੀ ਸਰਮਰ ਪੁੱਤ ਬਣ ਕੇ ਤੁਸੀਂ ਵਿਦੇਸ਼ਾਂ ਵਿੱਚ ਗਏ ਸੀ ਕੰਮ ਕਰਨ ਵਾਸਤੇ ਕਰਦਾ ਰੋਜੀ ਰੋਟੀ ਵਾਸਤੇ ਗਏ ਸੀ ਤੇ ਜੇ ਗੱਲ ਕਰੀਏ ਘਰ ਵਿੱਚ ਪਰਿਵਾਰ ਦੇ ਮੈਂਬਰ ਕੌਣ-ਕੌਣ ਹੈ ਘਰ ਵਿੱਚ ਤੇ ਮੈਂ ਤੇ ਮੇਰੀ ਮੰਮੀ ਆ ਛੋਟੀ ਭੈਣ ਜਿਹੜੀ ਉਹ ਵਿਆਹੀ ਗਈ ਆ ਆਪਣੇ ਘਰ ਹੀ ਰਹਿੰਦੀ ਆ ਉਹ ਵੀ ਅਸੀਂ ਆਪਣਾ ਨਹੀਂ ਬੋਝ ਚੱਲ ਸਕਦੇ ਹਾਂ ਉਹਦਾ ਕਿੱਥੋਂ ਕਰਨਾ ਹੈ ਇਸ ਕਰਕੇ ਮੰਮੀ ਨੇ ਦਾ ਜਲਦੀ ਵਿਆਹ ਘਰਾਤਾ ਇਮਾਨੇਸੋਪੀ ਹੁਣ ਰਿਸ਼ਤੇਦਾਰ ਭੈਣ ਭਰਾ ਕਿਸੇ ਨੇ ਆ ਕੇ ਬਾਹ ਫੜੀ ਹੋਵੇ ਕਿਸੇ ਨੇ ਮਦਦ ਕੀਤੀ ਹੋਵੇ ਕਿਉਂਕਿ ਆਂਦਾ ਹਮੇਸ਼ਾ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਔਖੀ ਵੇਲੇ ਲੋਕਾਂ ਨਾਲ ਰਿਸ਼ਤੇਦਾਰ ਨਾ ਖੜਦੇ ਨੇ ਫਿਰ ਹੀ ਇਹਨਾਂ ਨੂੰ ਕਹਿੰਦੇ ਵੀ ਰਿਸ਼ਤੇਦਾਰ ਨੇ ਤੁਹਾਡੇ ਨਾਲ ਕਿਸੇ ਆ ਕੇ ਤੇ ਬਾਹ ਫੜੀ ਆ ਕੇ ਕਿਸੇ ਨੇ ਆ ਕੇ ਮਦਦ ਕੀਤੀ ਤੁਹਾਡੀ ਆ ਕੇ ਨਹੀਂ ਪਹਿਲਾਂ ਤੇ ਚਲੋ ਕਰ ਦਿੰਦੇ ਹੁੰਦੇ ਹੀ ਹੁਣ ਤੇ ਕੋਈ ਸਾਡਾ ਫੋਨ ਵੀ ਨਹੀਂ ਚੁੱਕਦਾ ਉਹਨਾਂ ਨੂੰ ਇਹ ਕਿ ਇਹਨਾਂ ਨੇ ਪੈਸੇ ਹੀ ਮੰਗਨੇ ਆ ਇਸ ਕਰਕੇ ਸਾਡਾ ਕੋਈ ਰਿਸ਼ਤੇਦਾਰ ਹੈ ਹੀ ਨਹੀਂ ਸਮਝੋ ਕੋਈ ਨਹੀਂ ਆਂਦਾ ਆ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਹਰਪੀ ਕੋਰ ਪਰੀ ਇਸ ਜਿਹੜੀ ਲੜਕੀ ਦਾ ਨਾਂ ਆ ਅਤੇ ਵਾਕਿਆ ਹੀ ਪਰੀਆਂ ਵਰਗੀ ਸੀ ਜਿਹੜੀ ਧੀ ਪਰ ਅੱਜ ਬਹੁਤ ਹਾਲਾਤ ਮਾੜੇ ਹੋ ਗਏ ਨੇ ਕਹੋ ਵੀ ਬੱਤ ਤੋਂ ਬੱਤਰ ਜਿਹੜੀ ਜ਼ਿੰਦਗੀ ਬਤੀਤ ਕਰ ਰਹੇ ਨੇ ਅਤੇ ਸਰਵਣ ਪੁੱਤ ਬਣ ਕੇ ਜਿਹੜੀ ਕੀ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰ ਰਹੀ ਸੀ ਆਪਣੇ ਮਾਂ ਦਾ ਸੁਪਨਾ ਪੂਰਾ ਕਰ ਰਹੀ ਸੀ ਰੋਜੀ ਰੋਟੀ ਵਾਸਤੇ ਜਿਹੜੀ ਗਈ ਸੀ ਪਰ ਪਰ ਉਹਨੂੰ ਕੀ ਪਤਾ ਸੀ ਕੀ ਹਾਲਾਤ ਹੋ ਜਾਣੇ ਨੇ ਘਰ 'ਚ ਇੰਨੀ ਗਰੀਬੀ ਨਾਲੇ ਬਿਮਾਰੀ ਜਿਹੜੀ ਇਹ ਨਾਲ ਆ ਜਣੀ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰ੍ਹਾਂ ਇਹ ਮਾਵਾਂ ਧੀ ਅੰਡੀਆਂ ਅੱਜ ਬੇਬਸ ਹੋ ਕੇ ਬੈਠਿਆ ਨੇ ਅਤੇ ਇਲਾਜ ਨੂੰ ਵੀ ਜੜੀਆਂ ਤਰਸ ਰਹੀਆਂ ਨੇ ਤੇ ਇਹ ਗੱਲ ਕਰੀਏ ਮਹਾਰਪੀਤ ਡਾਕਟਰ ਵੱਲੋਂ ਕੀ ਕਿਹਾ ਇਲਾਜ ਹੋ ਸਕਦਾ ਵਾ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਕਿ ਜਾਂ ਤੇ ਤੁਹਾਨੂੰ ਲਗਾਤਾਰ ਡਾਇਲਿਸਿਸ ਕਰਾਣੀ ਪੈਗੀ ਤੇ ਜਾਂ ਤੇ ਫਿਰ ਤੁਸੀਂ ਟ੍ਰਾਂਸਪਲੈਂਟ ਕਰਾ ਲਓ ਤੇ ਟ੍ਰਾਂਸਪਲੈਂਟ ਕਰਾ ਕੇ ਤੁਸੀਂ ਠੀਕ ਹੋ ਸਕਦੇ ਹੋ ਇਹ ਹੀ ਕਿਹਾ ਡਾਕਟਰਾਂ ਨੇ ਤੇ ਮੈਨੂੰ ਹਰਪ੍ਰੀਤ ਕਈ ਸੋਚਿਆ ਸੀ ਜ਼ਿੰਦਗੀ 'ਚ ਕਿ ਇਸ ਤਾਂ ਦੇ ਹਾਲਾਤ ਬਣ ਜਾਣਗੇ ਕਮਾਉਣ ਵਾਸਤੇ ਵਿਦੇਸ਼ਾਂ ਵਿੱਚ ਗਈ ਸੀ ਘਰ ਦਾ ਸੁਪਨਾ ਲੈ ਕੇ ਗਈ ਸੀ ਵੀ ਘਰ-ਬਾਰ ਬਣੂਗਾ ਬਹੁਤ ਸੁਪਨੇ ਲਏ ਸੀ ਕਿ ਲੱਗਦਾ ਸਾਰੇ ਸੁਪਨੇ ਜਿਹੜੇ ਅੱਜ ਖਤਮ ਹੋ ਗਏ ਨੇ ਹਾਂਜੀ ਲੱਗਦਾ ਵੀ ਆ ਇੱਕ ਬੰਨੇ ਰੱਬ ਤੇ ਵਿਸ਼ਵਾਸ ਵੀ ਆ ਕਿ ਕੋਈ ਨਾ ਕੋਈ ਤੇ ਆਊਗਾ ਸਾਡੀ ਮਦਦ ਲਈ ਮੈਂ ਠੀਕ ਹੋ ਸਕਦੀ ਆ ਉਮੀਦ ਇੰਨੀ ਕ ਹੈਗੀ ਆ ਕਿ ਮੈਂ ਠੀਕ ਹੋ ਸਕਦੀ ਆ ਜੇ ਕੋਈ ਮੇਰੇ ਸਾਡੀ ਮਦਦ ਕਰੇਗਾ ਤੇ ਇਹ ਮਨੇ ਐਸਓਪੀ ਹੁਣ ਤੱਕ ਜਿਵੇਂ ਤੁਸੀਂ ਕਹਿ ਰਹੇ ਹੋ ਕਿਸੇ ਨੇ ਮਤ ਕੀਤੀ ਹੋਵੇ ਕਿਸੇ ਨੇ ਆ ਕੇ ਬਾਹ ਫੜੀ ਹੋਵੇ ਪਰਿਵਾਰ ਦੀ ਪਿਸਾਰ ਲਈ ਹੋਵੇ ਵੀ ਅਸੀਂ ਤੁਹਾਡੀ ਮਤ ਕਰਦੇ ਆ ਹੁਣ ਤੱਕ ਆ ਕੋਈ ਵੀ ਸਾਰਣ ਵਾਸਤੇ ਨਹੀਂ ਹਲੇ ਤੱਕ ਤੇ ਕੋਈ ਨਹੀਂ ਆਇਆ ਫੋਨ ਤੇ ਸਾਨੂੰ ਆ ਰਹੇ ਨੇ ਕਾਫੀ ਪਰ ਲੋਕੀ ਆਪਣੀ ਆਪਣੀ ਸਲਾਹ ਹੀ ਦਿੰਦੇ ਆ ਤੁਸੀਂ ਹੋਮੋਪੈਥਿਕ ਦਵਾਈ ਲੈ ਲਓ ਅਲੋਪੈਥਿਕ ਲੈ ਲਓ ਅੰਗਰੇਜੀ ਲੈ ਲਓ ਪਰ ਅਸੀਂ ਹਾਰ ਥਾਂ ਤੇ ਹੋ ਚੁੱਕੇ ਹੋਏ ਆ ਹਰ ਦਵਾਈ ਖਾ ਚੁੱਕੇ ਹੋਏ ਆ ਅਸੀਂ ਸਾਰਾ ਕੁਝ ਕਰ ਚੁੱਕੇ ਤਾਂ ਹੀ ਅਸੀਂ ਹਾਰ ਥੱਕ ਕੇ ਅਸੀਂ ਇਤਰਾ ਐਡ ਪਾਈ ਹੈ ਕਿ ਕੋਈ ਤੇ ਸਾਡੀ ਮਦਦ ਕਰੇਗਾ ਟਰਾਂਸਪਲੈਂਟ ਵਾਸਤੇ। ਜਿਵੇਂ ਇਸ ਤੋਂ ਪਹਿਲੀ ਖਰਚਾ ਕਿੰਨਾ ਕੁ ਆ ਜਾਂਦਾ ਹੁਣ ਤੱਕ ਕਿੰਨਾ ਕੁ ਖਰਚਾ ਹਰ ਮਹੀਨੇ ਦਾ ਜਿਹੜਾ ਦਵਾਈਆਂ ਦਾ ਵਾ ਡਾਇਲਿਸ ਦਾ ਵਾ ਤੇ ਕਿੰਨੇ ਚਿਰ ਬਾਅਦ ਤੁਸੀਂ ਡਾਇਲਿਸ ਕਰਾਉਂਦੇ ਇਹਦੇ ਖਰਚਾ ਕਿੰਨਾ ਕੁ ਆ ਜਾਂਦਾ। ਮੇਰਾ ਨਾ ਮਹੀਨੇ ਦਾ ਖਰਚਾ ਹੈਗਾ ਵਾ ਕੋਈ 28000 ਰੁਪਏ ਡਾਇਲਿਸਿਸ ਦਾ ਤੇ ਦਵਾਈਆਂ ਦਾ ਪਾ ਕੇ ਤੇ ਉਹ ਵੀ ਸਾਡਾ ਬੜੀ ਮੁਸ਼ਕਲ ਨਿਕਲਦਾ ਵਾ। ਮੇਰੇ ਸੋਭੀ ਅਸੀਂ ਜਿਸ ਘਰ ਵਿੱਚ ਬੈਠੇ ਆ ਅਸੀਂ ਦੇਖਿਆ ਘਰ ਦੇ ਹਾਲਾਤ ਬਹੁਤ ਮਾੜੇ ਨੇ ਇਹ ਜਿਹੜਾ ਘਰ ਆ ਤੁਹਾਡਾ ਆਪਣਾ ਕਿ ਜਾਂ ਕਿਰਾਏ ਤੇ ਰੜਾਏ ਕਰ ਨਹੀਂ ਅਸੀਂ ਰੈਂਟ ਤੇ ਹੀ ਰਹਿੰਦੇ ਆ ਰੈਂਟ ਤੇ ਤੇ ਕਿਸ ਤਰ੍ਹਾਂ ਬਖਾਚਾ ਕਰਦੇ ਹੋ ਮਕਾਨ ਦਾ ਕਿਰਾਇਆ ਵੀ ਕੱਢਣਾ ਵਾ ਦਵਾਈਆਂ ਦਾ ਖਰਚਾ ਵੀ ਮਹੀਨਿਆਂ ਦਾ 28000 ਰੁਪਏ ਕੱਢਣਾ ਵਾ ਇਹ ਕਿਸ ਤਰ੍ਹਾਂ ਸਾਰਾ ਚੱਲ ਰਿਹਾ ਸਰਕਲ ਫਿਰ ਘਰ 'ਚ ਕਮਾਉਣ ਵਾਲਾ ਕੌਣ ਕੋਣ ਹੈ ਕੋਈ ਘਰ 'ਚ ਆਦਮੀ ਹੈਗਾ ਕਮਾਉਣ ਲਾ ਕਿ ਜਾਂ ਕੋਲ ਖਰਚਾ ਕਰਦਾ ਇਹ ਨਹੀਂ ਬਸ ਮੇਰੀ ਮੰਮੀ ਕੰਮ ਕਰਦੇ ਆ ਖਰਚਾ ਵੀ ਕੀ ਹੈ ਇਹ ਕਰਜ਼ਾਈ ਹੋਏ ਪਏ ਆ ਕਿਰਾਇਆ ਵੀ ਦੇਣ ਵਾਲਾ ਤੇ ਡਾਇਲਿਸਿਸ ਦੇ ਵੀ ਕਦੇ-ਕਦੇ ਆਧਾਰ ਕਰਵਾ ਲਈਦੀ ਡਾਕਟਰ ਚਲੋ ਚੰਗੇ ਆ ਕਿਸੇ ਵੇਲੇ ਆਧਾਰ ਕਰ ਲੈਂਦੇ ਆ ਪਰ ਉਹ ਵੀ ਜਿਆਦਾ ਨਹੀਂ ਨਾ ਕਰਦੇ ਤੇ ਦਵਾਈ ਵੀ ਮੇਰੀ ਜਿਹੜੀ ਜ਼ਿਆਦਾ ਜ਼ਰੂਰੀ ਆ ਉਹ ਵੀ ਮੈਂ ਲੱਲਣ ਦੀ ਆ ਜਿਹੜੀ ਨਹੀਂ ਉਹ ਫਿਰ ਮੈਂ ਰਹਿਣ ਦਿੰਦੀ ਆ ਟੀਕੇ ਵੀ ਨਹੀਂ ਲੱਗਦੇ ਫਿਰ ਮੈਨੂੰ ਮਨਜੇ ਤੇ ਹੀ ਰਹਿਣਾ ਪੈਂਦਾ ਵਾ ਘਰ ਦਾ ਕੰਮ-ਕਾਰ ਵੀ ਨਹੀਂ ਕਰ ਪਾਂਦੀ ਮੰਮੀ ਵਿਚਾਰੀ ਬਾਹਰ ਵੀ ਜਾਂਦੀ ਕੰਮ ਕਰਨ ਘਰ ਵੀ ਕਰਦੀ ਆ ਵੇ ਵੇ ਕੇ ਮੈਨੂੰ ਵੀ ਦੁੱਖ ਲੱਗਦਾ ਕਿ ਬੁੱਢੇ ਵਾਰੇ ਮੈਂ ਉਹਨੂੰ ਰੋਲਣ ਨਹੀਂ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੀਆਂ ਇਹ ਮਾਵਾ ਧੀਆਂ ਤੁਹਾਡੀਆਂ ਦਵਾਵਾਂ ਦੀ ਬਹੁਤ ਲੋੜ ਹੈ ਇਸ ਮਾਵਾ ਧੀਆਂ ਨੂੰ ਇਹ ਅਤੇ ਖਾਸ ਕਰਕੇ ਜਿਹੜੀਆਂ ਦਵਾਈਆਂ ਵਾਸਤੇ ਜਿਹੜੇ ਇਲਾਜ ਵਾਸਤੇ ਜਿਹੜੀ ਇਹ ਮਾਵਾ ਧੀਆਂ ਤੁਹਾਡ ਨੂੰ ਲੋਕਾਂ ਨੂੰ ਜਿਹੜਾ ਪੁਕਾਰ ਰਹੀ ਆ ਇਹਨਾਂ ਦੀ ਮਤ ਵਾਸਤੇ ਅੱਗੇ ਆਓ ਤੁਸੀਂ ਦੇਖਿਆ ਹਰਪੀਕੌਰ ਪਰੀ ਨਾਇਸ ਦੀ ਦਾ ਤੇ ਵਾਕਈ ਤਸਵੀਰਾਂ ਵਿੱਚ ਇਹ ਪਰੀਆਂ ਵਗੀ ਧੀ ਸੀ ਪਰ ਅੱਜ ਹਾਲਾਤ ਕੀ ਬਣ ਗਏ ਨੇ ਬਿਮਾਰੀ ਜਿਹੜੀ ਆ ਸਾਰਾ ਜਿਹੜਾ ਇਸ ਦਾ ਸਰੀਰ ਖਾ ਚੁੱਕੀ ਆ ਤੁਸੀਂ ਦੇਖ ਲਿਓ ਹਾਲਾਤ ਕਿਸ ਤਰ੍ਹਾਂ ਜਿਹੜੀਆਂ ਮਾਵਾਂ ਤੀਆਂ ਇੱਕ ਦੂਜੇ ਨੂੰ ਹੌਸਲੇ ਦੇ ਰਹੀਆਂ ਨੇ ਇੱਕ ਦੂਜੇ ਨੂੰ ਹੌਸਲਾ ਉਜਾਈ ਦੇ ਰਹੇ ਨੇ ਵੀ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਪਰ ਕਹਿੰਦੇ ਵੀ ਘਰ 'ਚ ਜੇਕਰ ਬਿਮਾਰੀ ਆਵੇ ਘਰ 'ਚ ਗਰੀਬੀ ਆਵੇ ਤੇ ਘਰਾਂ ਦੇ ਘਰ ਜਿਹੜੇ ਤੁੱਟ ਜਾਂਦੇ ਨੇ ਤੁਸੀਂ ਦੇਖਿਆ ਮਾਵਾਂ ਤੀਆਂ ਇੱਕ ਦੂਜੇ ਦਾ ਸਹਾਰਾ ਬਣੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਂ ਦੇ ਨਾਲ ਵੀ ਪਹਿਲਾਂ ਹਰਪੀ ਦਾ ਕਰਦੇ ਆ ਹਰਪੀ ਆਖਰੀ ਸਵਾਲ ਮੇਰਾ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਕੀ ਸਨੇਹਾ ਦਿਲਾ ਚਾਹਾਂਗੀ ਆਪਣੇ ਲੋਕ ਕੀ ਅਪੀਲ ਕਰਨਾ ਚਾਹਾਂਗੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਮੇਰੀ ਮਦਦ ਕਰੋ ਮੈਂ ਆਪਣੀ ਮੰਮੀ ਦਾ ਸਹਾਰਾ ਬੰਨਣਾ ਚਾਹੁੰਨੀ ਹਾਂ ਦੁਬਾਰਾ ਮੈਂ ਠੀਕ ਹੋਣਾ ਚਾਹੁੰਨੀ ਹਾਂ ਜੇ ਕੋਈ ਮੇਰੇ ਭੈਣ ਭਰਾ ਕੋਈ ਮੇਰੀ ਮਦਦ ਕਰੂਗਾ ਮੈਂ ਠੀਕ ਹੋ ਜੂਗੀ ਮੈਂ ਉਹਨਾਂ ਨੂੰ ਦਵਾਵਾਂ ਹੀ ਦਊਂਗੀ ਮੇਰੀ ਮੰਮੀ ਵੀ ਉਹਨਾਂ ਨੂੰ ਦਵਾਵਾਂ ਹੀ ਦਊਗੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੀ ਹਰਪ੍ਰੀਤ ਭਰੀ ਤੁਹਾਡੇ ਗਾੜੀ ਹੱਥਾ ਡੇਰੀ ਆ ਬੇਨਤੀ ਕਰ ਰਹੀ ਆ ਵੀ ਵੱਧ ਵੱਧ ਮਦਦ ਕੀਤੀ ਜਾਵੇ ਤਾਂ ਜੋ ਕਿਸਤੀ ਦਾ ਜਿਹੜਾ ਇਲਾਜ ਹੋ ਸਕੇ ਕਿਉਂਕਿ ਬਹੁਤ ਹਾਲਾਤ ਮਾੜੇ ਨੇ ਘਰ ਦੀ ਜਿਹੜੀ ਛੱਤ ਵੀ ਆਪਣੀ ਨਹੀਂ ਆ ਅਤੇ ਮਹੀਨੇ ਦਾ 28000 ਰੁਪਏ ਜਿਹੜਾ ਸਿਰਫ ਇਲਾਜ ਦਾ ਹੈ ਦਵਾਈਆਂ ਦਾ ਹੀ ਆ ਰਿਹਾ ਵਾ ਸਾਡੀ ਦਸ਼ਕਾਂ ਨੂੰ ਪੀਲੇ ਵੀ ਵੱਧ ਝੜ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਜਿੱਥੇ ਘਰ ਚ ਗਰੀਬੀ ਆ ਗਰੀਬੀ ਦੇ ਨਾਲ ਨਾਲ ਜੇਕਰ ਬਿਮਾਰੀ ਆ ਜਾਏ ਤੇ ਕਹਿੰਦੇ ਘਰ ਦੇ ਭਾਂਡੇ ਤੱਕ ਵੇਚ ਜਾਂਦੇ ਨੇ ਇਹ ਹਾਲਾਤ ਨੇ ਕਰਦੇ ਅਸੀਂ ਦੇਖਿਆ ਕਿ ਕਿਸਤਾਂ ਦੀ ਛੱਤ ਵੀ ਜਿਹੜੀ ਆ ਨੇ ਆਪਣੀ ਨਹੀਂ ਹੈਗੀ ਗੱਲਬਾਤ ਕਰਾਂਗੇ ਮਾਂ ਦੇ ਨਾਲ ਵੀ ਮਤਲਬ ਅਸੀਂ ਦੇਖਿਆ ਵੀ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਨੇ ਬڑے ਚਾਵਾਣਾ ਵਿਦੇਸ਼ ਭੇਜੀ ਸੀ ਵੀ ਕਮਾਊਗੀ ਸਰਵਣ ਪੁੱਤ ਬਣੂਗੀ ਕਿ ਲੱਗਦਾ ਸਾਰੇ ਚਾ ਵਿੱਚ ਰਹਿ ਗਏ ਨਾ ਵਿੱਚ ਇਹਦੇ ਰਹਿ ਗਏ ਪਰ ਉਮੀਦ ਹੈ ਕਿ ਮੇਰੀ ਬੱਚੀ ਇੱਕ ਦਿਨ ਚੰਗੀ ਹੋਊਗੀ ਮੈਨੂੰ ਰੱਬ ਤੇ ਵਿਸ਼ਵਾਸ ਹੈ ਔਰ ਆਪਣੇ ਜਿਹੜੇ ਵੀਰ ਭਰਾਵਾ ਜਿੰਨਾ ਅੱਗੇ ਮੈਂ ਅਪੀਲ ਕਰ ਰਹੀ ਆ ਮੇਰੀਆਂ ਭੈਣਾਂ ਨੇ ਉਹਨਾਂ ਤੇ ਵੀ ਵਿਸ਼ਵਾਸ ਹੈ ਕਿ ਮੇਰੀ ਬੱਚੀ ਇੱਕ ਦਿਨ ਚੰਗੀ ਹੋਊਗੀ ਅਸੀਂ ਦੇਖਿਆ ਵੀ ਕਹਿੰਦੇ ਵੀ ਇਲਾਜ ਬਹੁਤ ਮਹਿੰਗਾ ਵਾ 12-13 ਲੱਖ ਪਰ ਡਾਕਟਰ ਮੰਗ ਰਹੇ ਨੇ ਤੇ ਕਾਫੀ 7-8 ਲੱਖ ਪਰ ਤੁਸੀਂ ਲਾ ਵੀ ਚੱਕੇ ਹੋਂ ਤੱਕ ਤੇ ਮੈਨੂੰ ਐਸੋ ਵੀ ਮਾਰਚ ਕਾਦੀ ਆਉਂਦੀ ਆ ਵੀ ਸਾਰਾ ਪੈਸਾ ਜ਼ਿੰਦਗੀ ਜਿਹੜਾ ਕਮਾਇਆ ਸੀ ਪਰ ਹੀ ਨੇ ਸਾਰਾ ਪੈਸਾ ਜਿਹੜਾ ਅੱਜ ਦਵਾਈਆਂ ਤੇ ਲੱਗ ਗਿਆ ਉਹਦੀ ਬਿਮਾਰੀ ਤੇ ਲੱਗ ਗਿਆ ਨਾ ਤੇ ਘਰ ਆਪਣਾ ਬਣਿਆ ਨਾ ਛਾਤ ਆਪਣੀ ਰਹੀ ਕਈ ਸੋਚਿਆ ਸੀ ਸੋਚਿਆ ਤੇ ਨਹੀਂ ਸੀ ਪਰ ਹੁਣ ਮੈਨੂੰ ਪੈਸੇ ਦੀ ਨਹੀਂ ਹੈਗੀ ਵੀ ਕਿ ਰਿਆ ਨਹੀਂ ਆ ਬਸ ਮੇਰੀ ਬੱਚੀ ਚੰਗੀ ਰਹਿੰਦੀ ਮੈਨੂੰ ਪੈਸੇ ਦੀ ਕੋਈ ਨਹੀਂ ਆ ਬਸ ਮੇਰੀ ਬੱਚੀ ਮੈਨੂੰ ਪਹਿਲੇ ਵਾਂਗੂ ਭੁੱਲਾ ਮਰ ਗਈ ਮਿਲ ਜਵੇ ਮੈਂ ਕਹਿਣੀ ਆ ਕਿ ਕਿ ਤੂੰ ਮੇਨੋ ਤਰਾ ਦੀ ਬੱਚੀ ਮੈਨੂੰ ਦਿਸੇ ਮੇਰੀ ਇਮੀਂ ਇਹ ਉਮੀਦਾਂ ਸੀ ਜਦੋਂ ਪਰੀ ਨੂੰ ਵਿਦੇਸ਼ ਭੇਜਿਆ ਸੀ ਕਿੰਨੇ ਕਿ ਆਸਾਂ ਸੀ ਕਿ ਕਿੰਨੇ ਕਿ ਸੁਪਨੇ ਦੇਖੇ ਸੀ ਵੀ ਘਰ ਦੇ ਹਾਲਾਤ ਚੰਗੇ ਹੋ ਜਾਣਗੇ ਕੀ ਕੀ ਸੁਪਨੇ ਵੇਖੇ ਸੀ ਇੱਥੇ ਸੋਚਿਆ ਸੀ ਕਿ ਪਰੀ ਬਾਹਰ ਗਈ ਆ ਹੁਣ ਘਰ ਬਣਾ ਲੇਗੀ ਤੇ ਕੋਈ ਚੰਗਾ ਮੁੰਡਾ ਲੱਭੇਗਾ ਵਿਆਹ ਕਰੂੰਗੀ ਰੀਜਾਂ ਦੇ ਨਾਲ ਮੇਰੀ ਕੁੜੀ ਵੀ ਝੂੜਾ ਪਾਇਆ ਹੋਊਗਾ ਵਿਆਹ ਕਰੂੰਗੀ ਰੌਣਕ ਬੜੇ ਕਰ ਲੂੰਗੀ ਪਰ ਪਤਾ ਨਹੀਂ ਕਿ ਮੈਨੂੰ ਆਪਣੀ ਬੱਚੀ ਨੂੰ ਇਤਨਾ ਲੈ ਕੇ ਹਸਪਤਾਲਾਂ ਦੇ ਵਿੱਚ ਤੱਕ ਕਿ ਹੜੇ ਪੈਣਗੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਮਾਂ ਅੱਜ ਰੋ ਰਹੀ ਆ ਕਿਉਂਕਿ ਰੋਣਾ ਵੀ ਆਉਂਦਾ ਵਾ ਜਵਾਨ ਧੀ ਜਦੋਂ ਮੰਜੇ ਦੇ ਪੈਜੇ ਬਿਮਾਰ ਪੈਜੇ ਤੇ ਬਹੁਤ ਸੁਪਨੇ ਸੋਚੇ ਹੁੰਦੇ ਨੇ ਵੀ ਵਾਕਿਆ ਜਿਵੇਂ ਮਾਂ ਨੇ ਕਿਹਾ ਵੀ ਧੀ ਦਾ ਵਿਆਹ ਕਰਨਾ ਸੀ ਚੂੜਾ ਪਾ ਕੇ ਧੀ ਨੂੰ ਸਹੁਰੇ ਘਰੀ ਭੇਜਣਾ ਸੀ ਤੇ ਸਰਵਣ ਪੁੱਤ ਬਣ ਕੇ ਇਹ ਜਿਹੜੀ ਧੀ ਨੇ ਆਪਣੇ ਮੋਢਿਆਂ ਤੇ ਸਾਰੇ ਘਰ ਦੀ ਜਿੰਮੇ ਚੱਕੀ ਸੀ ਕਿ ਲੱਗਦਾ ਮਨ 'ਚ ਕਦੀ ਜੇਕਰ ਤੁਹਾਡਾ ਪੁੱਤਰ ਹੁੰਦਾ ਤਾਂ ਸ਼ਾਇਦ ਇਹਨਾ ਨਾ ਕਰਦਾ ਜਿੰਦਾ ਇਸ ਧੀ ਨੇ ਕੀਤਾ ਵਾ ਹਾਂ ਇਹ ਇਹਦੇ ਜਿੰਨਾ ਨਹੀਂ ਕਰ ਸਕਦਾ ਮੈਂ ਕਈਆਂ ਨੂੰ ਵੇਖਿਆ ਜਿਨ੍ਹਾਂ ਦੇ ਪੁੱਤ ਹੁੰਦੇ ਆ ਤਾਂ ਵੀ ਨਹੀਂ ਪੁੱਛਦੇ ਪਰ ਮੇਰੀ ਧੀ ਤੇ ਮੈਨੂੰ ਪੁੱਤਾਂ ਤੋਂ ਵੱਧ ਕੇ ਸੀਗੀ ਮੇਰੀ ਧੀ ਮੈਨੂੰ ਬਸ ਫੁੱਲਾਂ ਵਰਗੀ ਧੀ ਕਿਤੇ ਬਸ ਫੇਰ ਕਿਤੇ ਹੋ ਜਾਵੇ ਮੈਂ ਤੇ ਕਿੰਨੀ ਆ ਪਸੇ ਹੀ ਹੱਥ ਜੋੜਦੀਆਂ ਪਰਮਾਤਮਾ ਅੱਗੇ ਵੀ ਸਾਰੇਆਂ ਵੀਰ ਭਰਾਵਾਂ ਅੱਗੇ ਪੈਣਾ ਆਪਣੀਆਂ ਅੱਗੇ ਕਿ ਮੇਰੀ ਬੱਚੀ ਮੈਨੂੰ ਕੋਈ ਉਹੋ ਜੀ ਕਰਕੇ ਦੇ ਦੇਵੇ ਅਸੀਂ ਪਰਮਾਤਮਾ ਕੀ ਅਰਦਾਸ ਕਰਦੇ ਆਂ ਵੀ ਪਰੀ ਫਿਰ ਪਹਿਲੇ ਤਰ੍ਹਾਂ ਪਰੀਆ ਵਾਂਗੂ ਜੜੀ ਆ ਠੀਕ ਹੋ ਜੇ ਕਿਉਂਕਿ ਤੁਸੀਂ ਦੇਖਿਆ ਕਿਸ ਤਰ੍ਹਾਂ ਜੜੀ ਹੈ ਮਾਂ ਵਾਂ ਹੱਥ ਢੜਰੀ ਆ ਤੁਹਾਡੀ ਗਾੜੀ ਬੇਨਤੀਆਂ ਕਰ ਰਹੀ ਆ ਅਤੇ ਸਾਡੇ ਦਰਸ਼ਕ ਜਿਹੜੇ ਨੇ ਕਿ ਖਾਸ ਕਰਕੇ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਨੇ ਰੱਬ ਅੱਗੇ ਸਿਰੋਤੇ ਹੁੰਦੇ ਨੇ ਅਸੀਂ ਵੀ ਉਹਨਾਂ ਗਾੜੀ ਦਾਾਸ ਬੇਨਤੀ ਕਰਦੇ ਆਂ ਵੀ ਮਾਵਾਂ ਧੀਆਂ ਦਾ ਜਿਹੜਾ ਦੁੱਖ ਜੂ ਸੁਣਾਇਆ ਜਾਵੇ ਕਿਉਂਕਿ ਇਸ ਧੀ ਦਾ ਜਿਹੜਾ ਦੁੱਖ ਬਹੁਤ ਵੱਡਾ ਵਾ ਪਰ ਕਹਿੰਦੇ ਵੀ ਦੁੱਖ ਵੰਡਿਆ ਜਿਹੜਾ ਦੁੱਖ ਵੰਡਿਆ ਜਿਹੜਾ ਵੰਡਿਆ ਜਾਂਦਾ ਵਾ ਤੇ ਖਾਸ ਕਰਕੇ ਪਰੀ ਮਾਪਿਓ ਦੀ ਗੱਲ ਕਰੀਏ ਤੁਹਾਡੇ ਪਿਤਾ ਦੀ ਗੱਲ ਕਰੀਏ ਖੜੀ ਯਾਦ ਆਉਂਦੀ ਆ ਵੀ ਸ਼ਾਇਦ ਅਜ ਪਿਤਾ ਸਿੱਤੇ ਹੁੰਦੇ ਤੇ ਤੁਹਾਡੇ ਜਿਹੜੇ ਦੁੱਖ ਸੁੱਖ ਅੱਜ ਭਾਈਵਾਲ ਹੁੰਦੇ ਨਹੀਂ ਪਾਪਾ ਜਦੋਂ ਹੁੰਦੇ ਸੀ ਉਦੋਂ ਵੀ ਨਹੀਂ ਸੀ ਸਾਨੂੰ ਪੁੱਛਦੇ ਮਾਰ ਕਟਾਈ ਕਰਦੇ ਸੀ ਮੰਮੀ ਦੇ ਨਾਲ ਬਾਅਦ ਚ ਉਹ ਚਲ ਗਏ ਤੇ ਮੈਨੂੰ ਮੰਮੀ ਤੇ ਹੀ ਆ ਜੋ ਵੀ ਆਸ ਮੈਨੂੰ ਮੇਰੀ ਮਾਂ ਹੀ ਆ ਮੇਰੇ ਲਈ ਜੋ ਵੀ ਆ ਤੁਹਾਡੀ ਮਾਂ ਕਹਿੰਦੀ ਵੀ ਸੁਪਨੇ ਬਹੁਤ ਦੇਖੇ ਸੀ ਧੀ ਦੇ ਵੀ ਧੀ ਨੂੰ ਚੂੜਾ ਪਾ ਕੇ ਸਹੁਰੇ ਘਰ ਭੇਜਾਂਗੇ ਸਾਰੇ ਸੁਪਨੇ ਕਹਿੰਦੀ ਹਜੇ ਵੀ ਮੈਨੂੰ ਆਸ ਹੈ ਵੀ ਮੇਰੇ ਸੁਪਨੇ ਜਿਹੜੇ ਪੂਰੇ ਹੋ ਸਕਦੇ ਨੇ ਮੇਰੀ ਧੀ ਫਿਰ ਤੋਂ ਠੀਕ ਹੋਊਗੀ ਕੀ ਕਰਨਾ ਚਾਹੋਗੇ ਜਰੂਰ ਜੇ ਮੇਰੀ ਮੰਮੀ ਚਾਹੁੰਦੀ ਆ ਮੇਰਾ ਰੱਬ ਚਾਹੁੰਦਾ ਆ ਜੇ ਮੇਰੇ ਭੈਣ ਭਰਾ ਚਾਹੁੰਦੇ ਹੋਊਂਗੇ ਤੇ ਜਰੂਰ ਸਾਡੇ ਸੁਪਨੇ ਜਰੂਰ ਪੂਰੇ ਹੋਣਗੇ ਵਿਸ਼ਵਾਸ ਦੇ ਤੌਰ ਤੇ ਤੇ ਦੁਨੀਆ ਹੈਗੀ ਆ ਵਿਸ਼ਵਾਸ ਹੈ ਸਾਨੂੰ ਮੈਂ ਠੀਕ ਹੋਊਂਗੀ ਇੱਕ ਦਿਨ ਜ਼ਰੂਰ ਆਊਂਗੀ ਤੇ ਬੜੀ ਜਾਣਦੇ ਹਾਂ ਕਿ ਤੁਸੀਂ ਆਪਣਾ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਕਿਉਂਕਿ ਜਿਹੜੇ ਸਾਡੇ ਦਰਸ਼ਕ ਨੇ ਤੁਹਾਨੂੰ ਦੇਖ ਰੇ ਨੇ ਦਸਾਂ ਦੇਸ਼ਾਂ ਦੇ ਜੇਕਰ ਕਿਸੇ ਨੂੰ ਮਦਦ ਕਰਨੀ ਹੋਵੇ ਸਿੱਧੇ ਆ ਕੇ ਪਰਿਵਾਰ ਦੇ ਨਾਲ ਮਦਦ ਕਰੋ ਨਾ ਕਿ ਇਸ ਵਿੱਚ ਕੋਈ ਵਿਚੋਲਾ ਜਾਂ ਕਿਸੇ ਦਾ ਐਨ ਜੀਓ ਥਰੂ ਨਹੀਂ ਸਿੱਧੀ ਆ ਕੇ ਪਰਿਵਾਰ ਦੀ ਮਦਦ ਕਹੀ ਕਰ ਸਕਦੇ ਹੋ ਆਪਣਾ ਮੋਬਾਈਲ ਤੇ ਐਡਰੈਸ ਦੱਸੋ ਅਸੀਂ ਰਹਿੰਦੇ ਹਾਂ ਅੰਮ੍ਰਿਤਸਰ ਵੱਲਾ ਪਿੰਡ ਤੇ ਮੇਰਾ ਫੋਨ ਨੰਬਰ 9915 826263 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਹਰਪ੍ਰੀਤ ਕੌਰ ਪਰੀ ਤੁਸੀਂ ਦੇਖਿਆ ਵੀ ਜਿਹੜੀ ਕੀ ਰੋਜੀ ਰੋਟੀ ਵਾਸਤੇ ਵਿਦੇਸ਼ਾਂ ਵਿੱਚ ਕੰਮ ਕਰਨ ਗਈ ਸੀ ਪਰ ਉਹਨੂੰ ਕੀ ਪਤਾ ਸੀ ਕਿ ਉਸ ਦੇ ਕੀ ਹਾਲਾਤ ਹੋ ਜਾਣੇ ਨੇ ਉਸ ਨੂੰ ਜਿਹੜੀ ਕੀ ਇੱਕ ਭਿਆਨਕ ਬਿਮਾਰੀ ਲੱਗ ਜਾਣੀ ਆ ਜਿਸ ਦੇ ਨਾਲ ਉਹਦੇ ਜੜੀਆਂ ਦੋਵੇਂ ਕਿਡਨੀਆਂ ਖਰਾਬ ਹੋ ਜਾਣੀਆਂ ਵਾ ਘਰ ਵਿੱਚ ਰੋਜੀ ਰੋਟੀ ਵਾਸਤੇ ਵਿਦੇਸ਼ ਗਈ ਸੀ ਸਰਵਣ ਪੁੱਤ ਬਣ ਕੇ ਗਈ ਸੀ ਬਹੁਤ ਸੁਪਨੇ ਸੀ ਇਸ ਮਾਂ ਦੇ ਵੀ ਕਿ ਉਸ ਦੀ ਜੜੀ ਧੀ ਆ ਉਸ ਨੂੰ ਜਿਹੜਾ ਚੂੜਾ ਪਾ ਕੇ ਸਹੁਰੇ ਭੇਜਾਂਗੇ ਉਸ ਦਾ ਵਿਆਹ ਕਰਾਂਗੇ ਪਰ ਲੱਗਦਾ ਪਈਏ ਜਿਹੜੇ ਚਾ ਵਿੱਚੇ ਰਹਿ ਗਏ ਨੇ ਪਰ ਹਜੇ ਵੀ ਉਮੀਦ ਹੈ ਪ੍ਰਮਾਤਮਾ ਗਾਲੀ ਅਰਦਾਸ ਬੇਨਤੀ ਕਰ ਰਹੇ ਨੇ ਸੰਗਤਾਂ ਗਾਲੀ ਅਦਾਸ ਕਰ ਰਹੇ ਨੇ ਕਿ ਉਸ ਸਥਿਤੀ ਜਿਹੜੀ ਆ ਜਲਦੀ ਜਲਦੀ ਠੀਕ ਹੋ ਸਕੇ ਅਤੇ ਪਹਿਲਾ ਵਾਂਗੂ ਜਿਹੜੀ ਕਿ ਹਰਪ੍ਰੀਤ ਜਿਹੜੀ ਪਰੀ ਸੀ ਪਹਿਲਾ ਵਾਂਗੂ ਜਿਹੜੀ ਆ ਪਰੀ ਉਹ ਸਾਹਮਣੇ ਆਵੇ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਪੀ ਵੱਤ ਵੱਦ ਇਸ ਕਵ ਨੂੰ ਸ਼ੇਅਰ ਕੀਤਾ ਜਾਵੇ ਤਾ ਜੋ ਕਿ ਜਿਹੜੀ ਆ پری ਦੇ ਸੁਪਨੇ ਉਹ ਪਹਿਲੀ ਤਰ੍ਹਾਂ ਪੂਰੇ ਹੋ ਸਕਣ ਅਦੇ ਮਦਦ ਹੋ ਸਕੇ ਜਿਹੜੇ ਸਾਡੇ ਦਰਸ਼ਕ ਨੇ ਰੱਬ ਰੋ ਅਪ ਵਰਗੇ ਉਹ ਜਿਹੜੇ ਨੇ ਇਹਨਾਂ ਦੀ ਮਦਦ ਕਰ ਸਕਣ ਤਾਂ ਜੋ ਕਿ ਇਹ ਧੀ ਦੇ ਸੁਪਨੇ ਨੇ ਇਹਦਾ ਜਿਹੜਾ ਇਲਾਜ ਆ ਉਹ ਹੋ ਸਕੇ ਮੀਨੂ ਦਿਓ ਜਾਸਤ ਮਹਰਜੀਤ ਗਰੇਵਾਲ ਅਮਰਸਾ ਤੋਂ